जी संडे अज ते सवेर दे 5 बजे दा टाइम हो गया है। बस स्टैंड पहुंच चुके हैं असी सारे इको व्हीलर दे मेंबर। अज दी राइड स्पेशल रहने वाली है, असी साइकलिंग भी करांगे राइड भी करांगे ते स्कूल दे साडे बास्केटबॉल दा मैच भी खेडांगे। साडे मेंबर ने जिन्ना स्कूल है ते उन्होंने स्कूल दे विच अज मैच ऑर्गेनाइज कीता है। चाह पानी का रिफ्रैशमेंट का पूरा प्रबंध किया गया है। तो नैक्सट लैवल साडे ब्लॉगर जी बुच्चर साहब जी साइकिल की सैटिंग कर रहे ने। साइकिल अमन जी की हो गया साइकिल नू हैंडल खोल के पिछे रहना जी। ये साडे अंकुश जी की हाल ने वधिया जी वधिया। ये साडे तेजिंदर जी फोटोग्राफर ने साडे ग्रुप दे। ये साडे गुप्ता जी। हाँ जी गुप्ता जी दो टीमां बना के अद्धे प्लेयर बंट के उसको मैच खेडा जाएगा। मैच जबरदस्त मैच होगा। उस तो बाद रिफ्रैशमेंट का प्रबंध किया गया। सारे मैंबर को बेनती है कि जल्दी तो जल्दी उत्थे पहुंचो। जो कोई लेट भी होगा सुत्ता भी पै के उत्थे पहुंचो जल्दी तो जल्दी पहुंचो। बहुत बहुत धन्यवाद। चलो जी राइड स्टार्ट करते हैं। मानसा बस स्टैंड तो साड़ी डेली 5 बजे मॉर्निंग राइड स्टार्ट हो जाती है। तो आज दी राइड थोड़ी स्पेशल होने वाली है क्योंकि संडे है। संडे साडा फन डे राइड डे हुंदा है। तो असी जा रहे हैं अज भोपाल स्कूल दे विच। स्कूल दे विच जा के बास्केटबॉल का मैच खेडांगे इंजॉय करांगे। ਸਾਡੇ ਪੁੱਤਰ ਸਾਹਿਬ ਅੱਜ ਦੀ ਰਾਈਡ ਨੂੰ ਕਵਰ ਕਰ ਰਹੇ ਨੇ। ਪੁੱਤਰ ਸਾਹਿਬ ਕਿਵੇਂ ਅੱਜ ਦੀ ਰਾਈਡ? ਮਸਤ ਰਾਈਡ। ਤੁਸੀਂ ਇਹ ਵਿਊ ਚੈੱਕ ਕਰੋ। ਸਵੇਰੇ ਸਵੇਰੇ ਤੁਹਾਨੂੰ 5:30 ਵਜੇ ਇਸ ਤਰ੍ਹਾਂ ਦਾ ਵਿਊ ਮਿਲ ਜੇ, ਹੋਰ ਕੀ ਚਾਹੀਦਾ? ਥੋੜ੍ਹਾ ਅੱਪ ਹੀ ਲਾ ਗਿਆ, ਹੋਰ ਲਗਾਉਂਦੇ ਹਾਂ ਬਜਾਲੇ ਕਰਕੇ। ਫਿਰ ਨਾਕਾ ਲਾ ਦੇ ਦੀਦਾ। ਆ ਗਏ ਜੀ ਆ ਗਏ। ਜਦੋਂ ਵੀ ਆਪ ਹੀ ਲਾਉਂਦਾ ਤਾਂ ਭਾਈ ਗੇਅਰ ਇੱਕ ਛੋਟਾ ਡਾਊਨ ਕਰ ਲੈਣਾ ਚਾਹੀਦਾ। ਅਪ ਹਿਲ 'ਤੇ ਗੇਅਰ ਡਾਊਨ ਕਰ ਲਓ। ਉਹਦੇ ਨਾਲ ਕੀ ਹੁੰਦਾ ਕਿ ਸਾਈਕਲ ਈਜ਼ੀ ਚੜ੍ਹ ਜਾਂਦਾ, ਜ਼ੋਰ ਵੀ ਨਹੀਂ ਲਵਾਉਂਦਾ। ਬਾਕੀ ਹੈ ਤੁਸੀਂ ਵਿਊ ਚੈੱਕ ਕਰੋ, ਕਿੰਨਾ ਸੋਹਣਾ ਨਜ਼ਾਰਾ ਸਵੇਰ ਸਵੇਰ ਦਾ। ਮਜ਼ਾ ਆ ਰਿਹਾ ਰਾਈਡ ਦਾ। ਸਾਰੇ ਸਾਡੇ ਬੰਦੇ ਬਹੁਤ ਅਗਰੈਸਿਵ ਨੇ ਮੈਚ ਖੇਡਣ ਲਈ ਅਤੇ ਹੁਣ ਰੇਸਾਂ ਲੱਗ ਚੁੱਕੀਆਂ ਨੇ। MTB ਟਰੈਕ ਰੋਡ ਬਾਈਕ 'ਤੇ MTV ਦਾ ਰੇਸ ਚੱਲ ਪਈ ਹੈ। ਦੇਖਦੇ ਹਾਂ ਕੌਣ ਜਿੱਤੋ ਆਉਂਦਾ। ਤੇਜਿੰਦਰ ਜੀ ਨੇ ਬਹੁਤ ਹੀ ਜ਼ੋਰ ਲਗਾ ਰੱਖਿਆ ਅਤੇ ਜੋਤ ਜੀ ਨੇ ਵੀ ਜ਼ੋਰ ਲਾ ਰੱਖਿਆ MTV 'ਤੇ। ਅਤੇ ਉੱਪਰ ਅੱਗੇ ਆਪ ਹੀ ਲਾ ਗਿਆ ਜੀ ਅਤੇ ਰੋਡ ਬਾਈਕ ਰਹਿ ਗਈ ਹੈ ਪਿੱਛੇ। ਟਰੈਕ ਨੇ ਮੋਰਚਾ ਮਾਰ ਲਿਆ ਜੀ, ਕਿਆ ਬਾਤ ਹੈ। ਗਾਇਸ ਤੁਸੀਂ ਵਿਊ ਚੈੱਕ ਕਰੋ ਯਾਰ, ਬਿਲਕੁਲ ਹੀ ਹੁਣ ਡਾਊਨ ਹੀ ਲਾ ਗਈ ਹੈ। ਚਲੋ ਜੀ ਵਾਓ ਭਾਈ ਸਾਹਿਬ, ਇਹ ਨਜ਼ਾਰੇ ਲੈਣ ਲਈ ਅਸੀਂ ਸਵੇਰੇ ਘਰੋਂ ਨਿਕਲਦੇ ਹਾਂ। ਅਤੇ ਪਿੱਛੇ ਸਾਡੇ ਪੁੱਤਰ ਸਾਹਿਬ, ਲਓ ਜੀ ਲਓ ਪਾਸ ਦੇਤਾ ਪੁੱਤਰ ਸਾਹਿਬ। ਚਲੋ ਜੀ ਨਿਕਲੋ ਨਿਕਲੋ, ਇਹਨਾਂ ਦਾ ਹੋਰਨ ਬੜਾ ਜ਼ਬਰਦਸਤ ਹੈ। ਪੁੱਤਰ ਸਾਹਿਬ ਹੋਰਨ ਵੀ ਆ ਕੇ ਦਿਖਾਇਓ ਜਰਾ, ਕਿਆ ਬਾਤ ਹੈ ਜੀ। ਇਸ ਦੇ ਨਾਲ ਬੱਚੇ ਬਹੁਤ ਖੁਸ਼ ਹੁੰਦੇ ਹੈ। ਇੱਕ ਹੋਰ ਡਾਊਨ ਹਿਲ ਤੋਂ ਬਾਅਦ ਅੱਪ ਹਿਲ ਆ ਗਈ ਹੈ ਜੀ। ਜਦੋਂ ਵੀ ਤੁਸੀਂ ਅੱਪ ਹਿਲ 'ਤੇ ਚੜ੍ਹਨਾ ਤਾਂ ਗੇਅਰ ਡਾਊਨ ਕਰ ਲਓ ਤਾਂ ਕਿ ਜ਼ੋਰ ਘੱਟ ਲੱਗੇ।
ਐਦਾਂ ਹਾਂਜੀ ਰੋਡ ਬਾਈਕ ਵਾਲੇ ਤਾਂ ਐਂ ਚੱਕ ਲੈਂਦੇ ਨੇ। ਲਓ ਜੀ ਲਗਭਗ ਬਹੁਤ ਸੋਹਣੇ ਵਿਊ ਤੋਂ ਬਾਅਦ ਸਨਾਵਰ ਸਮਾਰਟ ਸਕੂਲ ਭੋਪਾਲ ਛੋਟਾ। ਲਓ ਜੀ ਸ਼ੂਟਿੰਗ ਰੇਂਜ ਫੈਂਸਿੰਗ ਹਾਲ ਸੀਗਾ ਜੀ ਪਾਰਕਿੰਗ ਏਰੀਆ। ਲਓ ਜੀ ਮਜ਼ਾ ਆ ਗਿਆ ਜੀ ਤੇ ਆਪਣੇ ਬਾਈ ਜੀ ਦਾ ਸਕੂਲ ਹੈ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਸਨਾਵਰ ਸਮਾਰਟ ਸਕੂਲ ਭੋਪਾਲ ਮਾਨਸਾ। ਇਹ ਆਪਣੇ ਇਕੋ ਵੀਲਰ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਸਕੂਲ ਹੈ ਜੀ ਅਤੇ ਅੱਜ ਦੀ ਰਾਈਡ ਉਹਨਾਂ ਨੇ ਹੀ ਔਰਗਨਾਈਜ਼ ਕੀਤੀ ਹੈ। ਬਾਸਕਿਟਬਾਲ ਦਾ ਮੈਚ ਖੇਡਾਂਗੇ। ਇੱਧਰ ਬਾਈ ਜੀ ਨੇ ਬਹੁਤ ਸੋਹਣਾ ਸ਼ੂਟਿੰਗ ਰੇਂਜ ਹਾਲ ਬਣਾਇਆ ਹੋਇਆ। ਸਤਿ ਗੱਲ ਬਾਈ ਜੀ ਇੱਧਰ ਬਹੁਤ ਸੋਹਣਾ ਪਾਰਕ। ਸਕੂਲ ਦੇ ਵਿੱਚ ਜੋ ਬੇਸਿਕ ਫੈਸਿਲਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਨੇ ਕਿਉਂਕਿ ਜਿਹੜੇ ਸਾਡੇ ਮੈਂਬਰ ਨੇ ਇਹ ਬਹੁਤ ਹੀ ਜ਼ਿਆਦਾ ਐਕਟਿਵ ਨੇ ਸਪੋਰਟਸ ਨੂੰ ਲੈ ਕੇ ਅਤੇ ਪੜ੍ਹਾਈ ਦੇ ਨਾਲ ਨਾਲ ਇਸ ਸਕੂਲ ਦੇ ਵਿੱਚ ਖੇਡਾਂ ਦਾ ਵੀ ਬਹੁਤ ਖਾਸ ਪ੍ਰਬੰਧ ਹੈ। ਆਹ ਦੇਖੋ ਬਾਸਕਿਟਬਾਲ ਦਾ ਵਧੀਆ ਗਰਾਊਂਡ ਬਣਾਇਆ ਹੋਇਆ ਉਹ ਕਵਰ ਕਰ। ਆਪਣੀ ਆਪਣੀ ਟੀਮ ਦਾ ਨਾਮ ਦੱਸ ਦਿਓ ਜੀ। ਇਹ ਟੀਮ ਦਾ ਨਾਮ ਹੈਗਾ ਸੁਬਾ ਨਾਈਟ ਰਾਈਡਰ। ਸੁਬਾ ਨਾਈਟ ਰਾਈਡਰ ਇੱਧਰ ਕਮੈਂਟਰੀ ਆ ਗਈ ਅੱਜ ਇੱਕੋ ਵਿਲਰ ਦਾ ਇੱਕ ਬਹੁਤ ਵੱਡਾ ਮੈਚ ਹੋ ਰਿਹਾ ਹੈਗਾ। ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ। ਲਓ ਜੀ ਲਓ ਜੀ ਲਓ ਜੀ ਆ ਟੀਮ ਦੇਖੋ ਆ ਚੁੱਕੀ ਹੈ। ਦੂਜੀ ਜਿਹੜੀ ਬੀ ਟੀਮ ਹੈ ਜਿਹਨਾਂ ਦੀ ਅਗਵਾਈ ਸੁਬਾ ਬਲਜੀਤ ਸਿੰਘ ਤੇ ਅਮਨ ਔਲਖ ਜੀ ਤੇ ਗੁਰਪ੍ਰੀਤ ਸਿੰਘ ਜੀ ਪੁੱਛਰ ਇਹ ਕਰ ਰਹੇ ਨੇ ਤੇ ਇਹ ਵੀ ਟੀਮ ਬਣਾ। ਲਓ ਜੀ ਟੀਮ ਏ ਤੇ ਟੀਮ ਬੀ ਰੈਡੀ ਹੋ ਗਈ ਜੀ। ਚਲੋ ਜੀ ਚਲੋ ਜੀ ਸਾਡੇ ਕਮੈਂਟਰ ਸਾਹਿਬ ਹੁਣ ਸਭ ਤੋਂ ਵੱਡੀ ਪ੍ਰੋਬਲਮ ਆ ਦੋਵੇਂ ਟੀਮਾਂ ਦੀਆਂ ਵਰਦੀਆਂ ਇੱਕ ਹੋਣ ਕਾਰਨ ਲਵਾਉਣੇ ਨੇ ਹਾਂਜੀ ਦੇਣੇ ਬੰਦੇ ਅਸੀਂ ਬਾਹਰ ਵਜ਼ੀਰੇ ਅਸੀਂ ਕਰਾਵਾਂਗੇ। ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਇੱਕ ਵੱਡੀ ਪ੍ਰੋਬਲਮ ਕੀ ਆ ਰਹੀ ਹੈ ਮੈਚ ਦੇ ਦੱਸੋ ਜੀ। ਸਾਰੀਆਂ ਨੇ ਵਰਦੀਆਂ ਇੱਕ ਨੇ ਇਸ ਕਰਕੇ ਅਸੀਂ ਏ ਟੀਮ ਨੂੰ ਕਹਿੰਦੇ ਆ ਵੀ ਆਪਦੀਆਂ ਵਰਦੀਆਂ ਜਿਹੜਾ ਉਹ ਪਾ ਲਾ ਕੇ ਰੱਖੋ ਜਾਂ ਪੁੱਠੀਆਂ ਕਰੋ ਕਿਉਂਕਿ ਉਹਨਾਂ ਦੀ ਟੀਮ ਸਕ੍ਰੈਚ ਕਰ ਦਿੱਤੀ ਜਾਓ ਕਿਉਂਕਿ ਸਾਰਿਆਂ ਦੇ ਪਲੇਅਰਾਂ ਦੇ ਦੇਖੋ ਸਾਈਕਲ ਦੀ ਜਰਸੀ ਪਾਈ ਹੋਈ ਜਿਸ ਨਾਲ ਟੀਮ ਨੂੰ ਪਛਾਣ ਨਹੀਂ ਆ ਰਿਹਾ ਵੀ ਮੇਰੀ ਟੀਮ ਦਾ ਮੈਂਬਰ ਕੌਣ ਹੈ ਤੇ ਹੁਣ ਜਿਹੜੀ ਬੀ ਟੀਮ ਹੈ ਉਹ ਡਿਸਾਈਡ ਕਰ ਰਿਹਾ ਕਿ ਜਰਸੀਆਂ ਥੋੜੀਆਂ ਚੇਂਜ ਕੀਤੀਆਂ ਜਾਣ। ਟੀਮ ਵੀ ਆਪਦੀ ਮਤਲਬ ਪੂਰੀ ਤਿਆਰੀ ਚ ਰੁੱਝ ਗਈ ਆ ਵੀ ਹੋਰ ਗੋਲ ਕੀਤੇ ਜਾਣ ਤੇ ਬੀ ਟੀਮ ਨੂੰ ਭਾਰੀ ਲਓ ਜੀ ਪੂਰੇ ਨੈਕਸਟ ਲੈਵਲ ਤੇ ਜਿਹੜੀ ਤਿਆਰੀ ਚੱਲ ਰਹੀ ਹੈ ਜੀ ਦੇਖੋ ਕਿਵੇਂ ਏਕਤਾ ਦਿਖਾਈ ਜਾ ਰਹੀ ਹੈ। ਇੱਕ ਦੇਖੋ ਕਿਵੇਂ ਏਕਤਾ ਮੈਨੂੰ ਇਹ ਜੋਸ਼ ਦੇਖ ਕੇ ਐਂ ਲੱਗ ਰਿਹਾ ਵੀ ਟੀਮ ਕਦੇ ਘੋਲ ਨਾ ਕਰ ਲਵੇ। ਕੋ ਨੈਕਸਟ ਲੈਵਲ ਦੀ ਹੋ ਰਹੀ ਹੈ ਤੇ ਪਲੇਅਰ ਸਾਡੇ ਸਾਰੇ ਅਨਟ੍ਰੇਨਡ ਇੰਜੋਏ ਕਰਨਾ ਇਹਨੇ ਤੇ ਅੱਜ ਬੋਵੀ ਛੱਡ ਚੁੱਕੇ ਨੇ ਬਹੁਤ ਹੀ ਕੀ ਬਾਤ ਹੈ ਬੋਵੀ ਜੀ। ਤੇ ਮੈਚ ਜਿਹੜਾ 3-1 ਦੇ ਨਾਲ ਚੱਲ ਰਿਹਾ ਜੀ 5-1 ਦੇ ਨਾਲ ਹਾਂਜੀ ਕੀ ਵਿਚਾਰ ਹੈ ਜੀ ਅੱਜ ਦੇ ਮੈਚ ਦਾ ਜੀ। ਅੱਜ ਦੇ ਵਿਚਾਰ ਇਹ ਹੈ ਅੰਕੁਸ਼ ਜੀ ਜਿਹੜਾ ਅੱਜ ਟੂਰਨਾਮੈਂਟ ਹੋ ਰਿਹਾ ਸੀਗਾ ਇੱਕੋ ਵੀਲਰ ਸਾਈਕਲ ਗਰੁੱਪ ਦਾ ਏ ਤੇ ਬੀ ਦੀ ਟੀਮ ਦਾ ਏ ਟੀਮ ਦੀ ਅਗਵਾਈ ਬਲਵਿੰਦਰ ਸਿੰਘ ਜੀ ਕਾਕਾ ਕਰ ਰਹੇ ਸੀ ਤੇ ਬੀ ਟੀਮ ਦੀ ਸੂਬਾ ਬਲਜੀਤ ਸਿੰਘ ਜੀ ਤੇ ਅਮਨ ਔਲਖ ਜੀ ਤੇ ਗੁਰਪ੍ਰੀਤ ਸਿੰਘ ਪੁੱਛਰ। ਟੀਮ ਪਲੀਜ਼ ਵੈਲਕਮ ਕਰ ਲਈ ਟੀਮ ਨੂੰ ਬੁਲਾਇਆ ਜਾ ਰਿਹਾ ਜੇ ਤੋ ਟੀਮ ਨੂੰ ਬੁਲਾਇਆ ਜਾ ਰਿਹਾ ਵੈਲਕਮ ਹੋਏਗਾ ਰਿਫਰੈਸ਼ਮੈਂਟ
रिफ्रेशमेंट आ चुकी है।